ਸਰਬ ਸੰਤੋ ਕੀ ਆਪਣੇ ਆਪਣੇ ਗੁਰਦੇਵ ਮਹਾਰਾਜ ਸਮੁੱਚੀ ਸੰਗਤ ਨੂੰ ਸੂਚਨ ਹੈ, ਜਿਤਨਾ ਉਹ ਗੱਲਬਾਤ ਦੂਸਰੀ ਤੀਸਰੀ ਨਹੀਂ ਕਰਾਂਗੇ। ਨਾਮ ਜਪਣਾ, ਸਾਰੇ ਹੀ ਨਾਮ ਜਪੇ, ਨਾਮ ਦਾ ਪ੍ਰਭਾਵ ਬਹੁਤ ਵੱਡਾ ਹੋਵੇਗਾ ਅਤੇ ਹਰ ਪ੍ਰਕਾਰ ਦੇ ਅਮੰਗਲਾਂ ਦਾ ਵਿਨਾਸ਼ ਕਰਨ ਵਾਲਾ ਗੁਰੂ ਦਾ ਮੰਤਰ ਹੈ ਅਤੇ ਮੰਗਲਮਈ ਕਾਰਜ ਸ਼ੁਰੂ ਕਰਨ ਲਈ ਜਾ ਰਹੇ ਹਾਂ। ਮੰਗਲਮਈ ਮੰਗਲਮਈ ਨਾਮ ਜਿਹੜਾ ਹੈ ਉਹਦਾ ਸਾਰੇ ਜਾਪ ਕਰੋ, ਆਪਾਂ ਅਨੀ ਤੱਕ ਨਹੀਂ ਪਤਾ ਕਰੀ। ਗੰਗਾਨੰਦ ਮਹਾਰਾਜ ਕੀ ਜੈ, ਸਰਬ ਸੰਤੋ ਕੀ ਜੈ, ਆਪਣੇ ਆਪਣੇ ਗੁਰਦੇਵ ਮਹਾਰਾਜ ਕੀ ਜੈ, ਸਮੁੱਚੀ ਸੰਗ ਤੋਂ ਭਲੀ ਪ੍ਰਕਾਰ ਪਤਾ ਹੀ ਹੈ ਕਿ ਦਹਿਰੂ ਵਿਖੇ ਅੱਜ ਨਵੀਂ ਖੁਸ਼ੀਆਂ ਮਨਾਉਣ ਦਾ ਜੋ ਸੰਗਤ ਵੱਲੋਂ ਪ੍ਰਕਾਸ਼ ਸੀ, ਇੱਛਾ ਸੀ, ਮੰਗ ਸੀ, ਖੁਸ਼ੀਆਂ ਹੋਈ ਜ਼ਮੀਨ ਖਰੀਦੀ ਗਈ ਹੈ। ਅੱਜ ਜਿੱਥੇ ਆਪ ਜੀ ਜਵਾਬਦਾਨ ਹੋ ਬੈਠੇ ਹੋ, ਇੱਥੇ ਅੱਜ ਕੁਟੀਆ ਬਣਾਉਣ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਇਤਨੀ ਸੰਗਤ ਹੈ, ਇਹ ਜਗ੍ਹਾ ਪੂਜਨੀਕ ਬਣ ਜਾਣੀ ਹੈ, ਪੂਜਣ ਯੋਗ ਬਣ ਜਾਣੀ ਹੈ। ਜਿਸ ਜਿਸ ਨੇ ਵੀ ਇੱਟ ਲਗਾਈ ਹੈ ਲਗਾਵੇਗਾ, ਇਹ ਦੇਵਤਾ ਰੂਪ ਵੀ ਬਣ ਜਾਂਦਾ। ਦੇਵਤਾ ਰੂਪ ਦੇਖੋ, ਆਪ ਦੇਵਤਾ ਬਣ ਜਾਂਦੇ ਹੋ, ਕਿਸੇ ਭਵੰਜ ਦੀ ਜਨਮ ਨਗਰੀ ਜਾਂਦੇ ਹੋ ਅਤੇ ਉੱਥੇ ਦੇ ਜਿਹੜੇ ਅਸਥਾਨ ਹਨ, ਦਰਖਤ ਨੂੰ ਵੀ ਪੂਜਿਆ ਜਾਂਦਾ ਹੈ ਅਤੇ ਮਹਾਂਪੁਰਖਾਂ ਦੇ ਸਰੂਪਾਂ ਨੂੰ ਪੂਜਿਆ ਜਾਂਦਾ ਹੈ। ਇਹ ਜਗ੍ਹਾ ਨੂੰ ਮੱਥਾ ਨਤਮਸਤਕ ਹੋਣ ਲਈ ਸੰਗਤਾਂ ਨੇ ਆਉਣਾ ਹੈ। ਤੁਹਾਡੀ ਇੱਟਾਂ ਤੁਹਾਨੂੰ ਪ੍ਰਸ਼ਾਦ ਦਾ ਤੁਹਾਡਾ ਰਹਿਣਾ ਹੀ ਹੈ। ਤੁਸੀਂ ਮੈਂ ਕਈ ਦਾਸ ਕਈ ਵਾਰੀ ਬੋਲਦਾ ਹੈ, ਰਾਵਣ ਭਗਵਾਨ ਨੇ ਇਹ ਟਾਈਮ 'ਤੇ ਬਲੀ ਦੇ ਜੱਗ ਵਿਖੇ ਗਏ, ਉੱਥੇ ਕੀ ਕਾਮਨਾ ਕੀਤੀ, ਕੀ ਮੰਗਿਆ? ਕਹਿਣ ਲੱਗੇ ਮੈਨੂੰ ਤਿੰਨ ਹੱਥ ਜਾਂ ਸਾਢੇ ਤਿੰਨ ਹੱਥ ਜੀਵੀ ਦੇ ਕੇ। ਜੀਵੀ ਦਾਨ ਕਰਨ ਦਾ ਵਿਸ਼ਨੂੰ ਪੁਰਾਣ ਦੇ ਵਿੱਚ ਕਥਾ ਹੁੰਦੀ। ਉਹ ਕਥਾ ਭਗਵਾਨ ਨੇ ਬਲੀ ਰਾਜੇ ਨੂੰ ਬਾਬਾ ਨੇ ਲਿਖਿਆ ਕਿ ਫਲਾਣੇ ਰਾਜੇ ਨੇ ਜਗ੍ਹਾ ਦਾਨ ਦਿੱਤੀ ਸੀ ਮੰਦਰ ਲਈ, ਉਹਦਾ ਉਸਨੂੰ ਫਲ ਕੀ ਮਿਲਿਆ? ਉਹਦਾ ਫਲ ਵਿਸ਼ਨੂੰ ਭਗਵਾਨ ਵਿਸ਼ਨੂੰ ਪੁਰਾਣ 'ਚ ਪੜੋਗੇ ਤੁਹਾਨੂੰ ਪਤਾ ਲੱਗ ਜਾਵੇ। ਬਹੁਤ ਵੱਡਾ ਉੱਤਮ ਫਲ ਹੈ ਮੰਦਰ ਨੂੰ ਜਗ੍ਹਾ ਦੇਣੀ। ਸੰਗਤਾਂ ਦੀ ਜਿਹੜੀ ਖੁਸ਼ੀ ਹੈ, ਇੱਥੇ ਤੁਹਾਨੂੰ ਜ਼ਿਆਦਾ ਜ਼ੋਰ ਨਾਲ ਲਈ ਕਈ ਜਿਹੜੇ ਸੇਵਕ ਹਨ ਉਹਨਾਂ ਨੂੰ ਜ਼ੋਰ ਨਾਲ ਕਹਾਂਗੇ ਵੀ ਭਾਈ
ਤੁਹਾਡੀ ਮੰਗ ਸੀ। ਮੈਂ ਆਉਣਾ ਵੀ ਨਹੀਂ ਚਾਹੁੰਦਾ ਸੀ, ਸੰਗਤ ਜਾਂਦੀ ਵੀ ਸੀ ਕਿ ਤੁਹਾਨੂੰ ਪਤਾ ਵੀ ਹੈ, ਪਰ ਤੁਹਾਡੀ ਮੰਗ ਜਿਹੜੀ ਹੈ ਉਹ ਤੁਹਾਡੇ ਕਰਕੇ ਹੀ, ਜਿੱਥੇ ਸਾਧ ਹੈ ਉੱਥੇ ਸੰਗਤ ਹੈ, ਜਿੱਥੇ ਸੰਗਤ ਹੈ ਉੱਥੇ ਸਾਧ ਹੈ। ਅਗਰ ਅੱਜ ਇਹ ਕੁਟੀਆ ਬਣ ਰਹੀ ਹੈ ਤਾਂ ਕਿਤੇ ਸਾਧ ਵੀ ਹੋਵੇਗਾ ਨਾਲ ਹੀ ਸੰਗਤ ਹੈ। ਇਹਦੇ ਕਰਕੇ ਇਹ ਤੁਹਾਡੀ ਮੰਗ ਹੈ, ਇਸਨੂੰ ਆਪ ਜੀ ਨੂੰ ਸਾਂਭਣਾ ਹੈ, ਇਹਦੀ ਸੇਵਾ ਕਰਨੀ ਹੈ, ਸਰਫਲ ਦੇਣਾ ਹੈ ਅਤੇ ਅੱਜ ਵੀ ਆਪ ਜੀ ਨੂੰ ਯੋਗਦਾਨ ਪਾਉਣਾ ਹੈ, ਲਿਖਾਉਣਾ ਹੈ, ਇਹਨੂੰ ਦੱਸਣਾ ਹੈ, ਇਹਨੇ ਵੱਧ ਵੀ ਪਾਉਣਾ ਹੈ, ਲਿਖਾਉਣਾ ਹੈ, ਬੋਲਿਆ ਵੀ ਜਾਵੇਗਾ ਅਤੇ ਇੱਥੇ ਸੀਮੈਂਟ ਹੈ, ਲੋਹਾ ਹੈ, ਲੱਭਦੇ ਰਹਿਣਾ ਹੈ, ਸੇਵਾ ਹੁੰਦੀ ਰਹਿਣੀ ਹੈ, ਚੱਲਦੀ ਰਹੇਗੀ। ਹਾਂ, ਪੈਸਾ ਆਪਾਂ ਘੱਟ ਲਗਾਵਾਂਗੇ, ਜਗ੍ਹਾ ਵਧੀਆ ਬਣੇ। ਅਤੇ ਸੰਗਤ ਦਾ ਹੁਕਮ ਹੈ, ਉਸ ਸੰਭਾਗਾਂ ਵਾਲੇ ਹੋ, ਅੱਜ ਆਪ ਜੀ ਸਾਡੇ ਪਟਿਆਲੇ ਤੋਂ, ਕਿਆ ਨਾਮ ਹੈ ਭੁੱਲ ਜਾਂਦਾ ਮੈਂ, ਸੁਖਕੰਦ ਸਿੰਘ ਜੀ ਵੀ ਦੇਖੋ ਆ ਗਏ। ਮੇਰਾ ਖਿਆਲ ਜਿੱਥੇ ਜਿੱਥੇ ਸੰਗਤ ਨੂੰ ਪਤਾ ਲੱਗਿਆ ਹੈ, ਨਗਰ ਤਾਂ ਹੈ ਹੀ ਭਾਗਾਂ ਵਾਲਾ, ਅਤੇ ਨਗਰ ਤਾਂ ਹੈ ਪਰ ਆਲੇ ਦੁਆਲੇ ਦੀ ਪਿੰਡਾਂ ਦੀ ਸੰਗਤ ਪਿਆਰ ਰੂਪਾ ਹੈ, ਬਹਿਰੂ ਹੈ, ਕੰਨਾ ਹੈ, ਦੀਵਾ ਹੈ, ਚੀਮਾ ਹੈ, ਸਕੋਲੀ ਹੈ, ਆਪਣੇ ਭੁਮਤੀ ਹੈ, ਹੋਰ ਵੀ ਦੁਰਾਹੇ ਤੋਂ ਮੈਂ ਦੁਰਾਹੇ ਹੋ ਕੇ ਆਇਆ ਹਾਂ। ਉੱਥੇ ਜਿਹੜੇ ਸੇਵਕ ਸਨ ਉਹ ਕਹਿਣ ਲੱਗੇ, ਅਸੀਂ ਸਵੇਰੇ ਹੀ ਆਉਣ ਤੋਂ ਪਹਿਲੇ ਦੱਸਿਆ ਵੀ ਕਈ ਵਾਰੀ ਜਾ ਕੇ ਆਏ, ਕਾਫੀ ਟਾਈਮ ਹੋ ਚੁੱਕਿਆ ਹੈ, ਦਾਸ ਨੇ ਕਿਹਾ ਵੀ ਅੱਜ ਹੋ ਕੇ ਜਾਵਾਂਗੇ, ਫਿਰ ਉਹਨੂੰ ਵਾਪਸ ਜਾਣਾ ਪਿਆ, ਸ਼ਾਇਦ ਆ ਗਏ ਹੋਣਗੇ ਜਾਂ ਆਉਂਦੇ ਹੋਣਗੇ। ਦੇਖੋ ਸੰਗਤ ਸਾਰੀ ਕਿਆ ਚਾਹੁੰਦੇ ਤੋਂ ਸੰਗਤ, ਹੋਰ ਦੂਰੋਂ ਸੰਗਤ, ਲੁਧਿਆਣੇ ਤੋਂ ਵੀ, ਤੁਮਰਾਲੇ ਤੋਂ ਵੀ ਸੰਗਤ, ਆਪਣੇ ਕੌੜੀ ਤੋਂ ਸੰਗਤ, ਐਂ ਕੱਦੋ ਤੋਂ ਸੰਗਤ, ਕਹਿਣ ਦਾ ਮਤਲਬ ਹੈ ਸੰਧਰੌਲੀ ਤੋਂ, ਆਪਣੇ ਭਾਰਤੋਂ ਤੋਂ ਸੰਗਤ, ਦੂਰੋਂ ਨੇੜਿਓਂ ਬੱਚੇ, ਕਦੇ ਪੁੰਨਾ ਪ੍ਰੇਮ ਹੈ ਬੱਚਿਆਂ ਦਾ, ਇਹ ਬੱਚੇ ਦੀ ਇਹਨਾਂ ਦੀ ਕਿਰਤ। ਦੇਖੋ ਬਾਲ ਕਾਂਡ ਰਮਾਇਣ ਦੇ ਸੱਤ ਕਾਂਡ, ਪਹਿਲਾ ਕਾਂਡ ਬਾਲ ਕਾਂਡ ਹੈ, ਇਹ ਪਹਿਲੇ ਕਾਂਡ ਦੇ ਵਿੱਚ ਮੈਂ ਇਹਨਾਂ ਨੂੰ ਮਿਲਿਆ, ਪਹਿਲੇ ਕਾਂਡ ਦੇ ਪ੍ਰਸ਼ਾਦ ਵੀ ਇਹਨਾਂ ਨੂੰ ਦਿੱਤਾ ਸੀ, ਇਹ ਰਮਾਇਣ ਦਾ ਬਾਲ ਕਾਂਡ ਹੈ, ਸੱਤ ਕਾਂਡ ਹਨ। ਦੇਖੋ ਬਾਲ ਇਹਨਾਂ ਨੂੰ ਜਾਣਨੇ ਇੰਨੇ ਔਖੇ ਜਿਹਨੇ ਸਿਰ ਦੇ ਵਾਲ ਹੁੰਦੇ, ਇਹਦੇ ਕਰਕੇ ਆਪਾਂ ਜਿਵੇਂ ਸੰਗਤ ਦਾ ਹੁਕਮ ਹੈ, ਨੀਂਹ ਪੱਥਰ ਰੱਖਿਆ ਜਾਣਾ ਹੈ, ਸਭ ਨੇ ਜਿਤਨੀ ਸੰਗਤ ਆਈ ਹੈ, ਸਭ ਸੰਗਤ ਨੇ ਜਿਸਨੇ ਵੀ ਨਾਮ, ਜਿੰਨਾ ਵੀ ਕੁਝ ਆਉਂਦਾ ਹੈ, ਕੋਈ ਮੂਲ ਮੰਤਰ ਪੜ੍ਹਦਾ ਹੈ, ਮੰਗਲਾਚਰਨ ਪੜ੍ਹਦਾ ਹੈ, ਰਾਮ ਰਾਮ ਕਰਦਾ ਹੈ, ਜਾਂ ਸਾਡੇ ਭੂਲੀ ਵਾਲੀ ਸੰਗਤ ਹੈ, ਜੋ ਜੋ ਜੀ ਅੱਗੇ ਪਾਸ ਨਾਮ ਹੈ, ਸਾਰਿਆਂ ਨੇ ਇੱਕ ਵਿੱਕ ਹੋ ਕੇ ਨਾਮ ਜਪਣਾ ਹੈ। ਹੋਰ ਦੂਸਰੀ ਤੀਸਰੀ ਗੱਲ ਫੇਰ ਕਰ ਲੈਣਾ, ਸਾਰੇ ਨਾਮ ਜਪਣਾ ਤਾਂ ਕਿ ਕਿਤੇ ਕਲਯੁਗ ਦਾ ਬੁਰਾ ਪ੍ਰਭਾਵ ਨਾ ਪਵੇ, ਕਿਤੇ ਸਤਿਗੁਰਖਾਂ ਦਾ ਨਿਵਾਸ ਰਹੇ, ਕਿਤੇ ਜੋ ਵੀ ਆਵੇ, ਰੋਂਦਾ ਆਵੇ, ਖੁਸ਼ੀ ਖੁਸ਼ੀ ਜਾਵੇ। ਕਈ ਜਗ੍ਹਾ ਇੱਥੇ ਆਸ਼ੀਰਵਾਦ ਵੀ ਮੈਂ ਦਾਸ ਨੂੰ, ਜੋ ਗੁਰਦੇਵ ਮਹਾਰਾਜ ਦਾ ਸਾਹਿਬ ਦੇ ਅੰਦਰ ਹੀ ਬੈਠੇ ਹਨ। ਸਤ ਸਾਹਿਬ ਸਤ ਸਾਹਿਬ ਜੀ ਕੌਣ ਨਾਮ
ਬੰਦੀ ਛੋੜ ਜੀ ਸਤ ਸਾਹਿਬ ਜੀ ਜੈ ਬੰਦੀ ਛੋੜ ਜੀ ਜਪੋ ਸਤ ਸਾਹਿਬ ਜੀ ਬੋਲੋ ਸਤਿਗੁਰਦੇਵ ਕੀ ਜੈ ਧੰਨ ਧੰਨ ਬੰਦੀ ਛੋੜ ਮਹਾਰਾਜ ਕੀ ਜੈ ਧੰਨ ਧੰਨ ਸਤਿਗੁਰ ਭੂਰੀ ਵਾਲੇ ਮਹਾਰਾਜ ਕੀ ਜੈ ਸ੍ਰੀ ਗੁਰਦੇਵ ਮਹਾਰਾਜ ਕੀ ਜੈ ਸਰਬੱਤ ਸੰਗਤ ਨੂੰ ਬੇਨਤੀ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਸਾਧ ਸੰਗਤ ਪਿੰਡ ਦਹਿੜੂ ਸੋ ਅੱਜ ਸਤਿਗੁਰਾਂ ਦੀ ਧੰਨ ਧੰਨ ਸਵਾਮੀ ਸ਼ੰਕਰਾਨੰਦ ਮਹਾਰਾਜ ਭੂਰੀ ਵਾਲਿਆਂ ਦੀ ਧਾਮ ਤਲਵੰਡੀ ਵਾਲਿਆਂ ਦੀ ਕਿਰਪਾ ਸਦਕਾ ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਮੁੱਖ ਰੱਖਦਿਆਂ ਪਿੰਡ ਦਹਿੜੂ ਵਿਖੇ
ਗੁਰੂ ਮਹਾਰਾਜਾਂ ਦੀ ਕਿਰਪਾ ਸਦਕਾ ਸਰਬੱਤ ਸੰਗਤ ਵੱਲੋਂ ਭੂਮੀ ਦਾਨ ਕੀਤੀ ਗਈ ਹੈ। ਸਤਿਗੁਰਾਂ ਦੀ ਯਾਦ ਦੇ ਵਿੱਚ ਅੱਜ ਕੁਟੀਆ ਦੀ ਨੀਂਹ ਗੁਰੂ ਮਹਾਰਾਜਾਂ ਦੀ ਕਰ ਕਮਲਾਂ ਦੁਆਰਾ ਰੱਖੀ ਗਈ ਹੈ। ਸੋ ਇਹ ਧਾਮ ਦਾ ਨਾਮ ਗੰਗੇਸ਼ਵਰ ਸਰ ਗੁਰੂ ਮਹਾਰਾਜਾਂ ਨੇ ਨਾਮਕਰਨ ਕੀਤਾ ਹੈ। ਧੰਨ ਧੰਨ ਸਤਿਗੁਰੂ ਗੰਗਾਨੰਦ ਮਹਾਰਾਜਾਂ ਦੀ ਯਾਦ ਵਿੱਚ ਅਤੇ ਖੰਨਾ ਸ਼ਹਿਰ ਪਿੰਡ ਦਹਿੜੂ ਭੁਮੱਦੀ ਚਕੋਹੀ ਰੂਪਾ ਸਾਰੀ ਇਲਾਕਾ ਨਿਵਾਸੀ ਸੰਗਤ ਨੂੰ ਇਸ ਧਾਮ ਦੀ ਬਹੁਤ ਬਹੁਤ ਵਧਾਈ ਜੋ ਸਤਿਗੁਰਾਂ ਨੇ ਕਿਰਪਾ ਕੀਤੀ। ਗੁਰੂ ਮਹਾਰਾਜ ਜੀ ਦੀ ਹੁਕਮ ਸਦਕਾ ਜੋ ਦਸਵੀਂ ਦਾ ਦਿਹਾੜਾ ਮਹੀਨੇ ਬਾਅਦ ਆਉਂਦਾ ਹੈ ਉਹ ਮਨਾਇਆ ਜਾਇਆ ਕਰੇਗਾ। ਸਾਲ ਦੇ ਵਿੱਚ ਇੱਕ ਮੇਨ ਪ੍ਰੋਗਰਾਮ ਜੋ ਦੋ ਪ੍ਰੋਗਰਾਮ ਧੰਨ ਧੰਨ ਸਵਾਮੀ ਖੰਡਾਨੰਦ ਮਹਾਰਾਜ ਜੀ ਦੀ ਯਾਦ ਦੇ ਵਿੱਚ ਅਤੇ ਧੰਨ ਧੰਨ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਦੋ ਸਾਲ ਦੇ ਵਿੱਚ ਮਨਾਇਆ ਜਾਇਆ ਕਰਨਗੇ ਗੁਰੂ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ। ਸੰਗਤ ਨੂੰ ਕੀ ਸੁਨੇਹਾ ਦਿਓਗੇ? ਸੰਗਤ ਨੂੰ ਸੁਨੇਹਾ ਇਹੀ ਹੈ ਕਿ ਜੋ ਧਾਮ ਅੱਜ ਮਿਤੀ 1 ਮਈ 2023 ਜੋ ਸਤਿਗੁਰਾਂ ਨੇ ਅੱਜ ਕੁਟੀਆ ਸ਼ੁਰੂ ਕੀਤੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ, ਆਪਣੀ ਮਾਇਆ ਨੂੰ ਧਨ ਨੂੰ ਸਫਲਾ ਕਰੋ, ਆਪਣੇ ਜੀਵਨ ਨੂੰ ਸਵਾਸਾ ਰੂਪੀ ਪੂੰਜੀ ਨੂੰ ਭਾਈ ਸਫਲਾ ਕਰੋ। ਧੰਨ ਧੰਨ ਸਵਾਮੀ ਗੰਗਾਨੰਦ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਗੰਗੇਸ਼ਵਰ ਧਾਮ ਕੁਟੀਆ ਪਿੰਡ ਦਹਿੜੂ ਦਾ ਉਦਘਾਟਨ ਨੀਂਹ ਪੱਥਰ ਅੱਜ ਧੰਨ ਧੰਨ ਸਵਾਮੀ ਸ਼ੰਕਰ ਮਹਾਰਾਜ ਜੀ ਗੁਰੂਦੇਵ ਜੀ ਨੇ ਪਿੰਡ ਦੀ ਇਲਾਕੇ ਦੀ ਬੇਨਤੀ 'ਤੇ ਰੱਖਿਆ। ਕੁਟੀਆ ਦੀ ਕਾਰ ਸੇਵਾ ਵਾਸਤੇ ਬੇਨਤੀ ਹੈ, ਬਾਕੀ ਧਾਮ ਛੇਤੀ ਤਿਆਰ ਹੋ ਜਾਵੇਗਾ। ਇੱਥੇ ਦਸਵੀਂ ਦੇ ਭੋਗ ਪਾਏ ਜਾਣਗੇ, ਦੋ ਸਾਲਾਨਾ ਪ੍ਰੋਗਰਾਮ ਹੋਣਗੇ ਧੰਨ ਧੰਨ ਸਵਾਮੀ ਗੰਗਾਨੰਦ ਮਹਾਰਾਜ ਦੀ ਯਾਦ 'ਚ, ਧੰਨ ਧੰਨ ਸਵਾਮੀ ਬ੍ਰਹਮ ਸਾਗਰ ਜੀ ਭੂਰੀ ਵਾਲੇ ਮਹਾਰਾਜ ਦੀ ਯਾਦ ਵਿੱਚ, ਅਖੰਡਾਨੰਦ ਮਹਾਰਾਜ ਦੀ ਯਾਦ ਵਿੱਚ ਇੱਥੇ ਦੋ ਸਾਲ ਦੇ ਸਾਲਾਨਾ ਪ੍ਰੋਗਰਾਮ ਹੋਣਗੇ ਔਰ ਦਸਵੀਂ ਨੂੰ ਭੋਗ ਪਾਇਆ ਜਾਇਆ ਕਰੂਗਾ। ਔਰ ਜਿਹੜੇ ਇਲਾਕੇ ਦੇ ਲੋਕ ਜਿਹੜੇ ਕਾਰ ਸੇਵਾ 'ਚ ਉਰੇ ਅੱਜ ਖੁਸ਼ੀ ਮਹਿਸੂਸ ਕਰ ਰਹੇ ਨੇ, ਉਹ ਆਪਣੇ ਅਖੰਡ ਪਾਠ ਸਹਿਜ ਪਾਠ ਕਿਸੇ ਤਰ੍ਹਾਂ ਦੇ ਵੀ ਪਾਠ ਕਰਾਉਣਗੇ, ਉਹਨਾਂ ਦੀ ਪ੍ਰਾਪਤੀ ਹੋਊਗੀ, ਮਨੋਕਾਮਨਾਵਾਂ ਪੂਰੀਆਂ ਹੋਣਗੀਆਂ, ਅਠੋਤਰੀਆਂ ਵੀ ਹੋਇਆ ਕਰਨਗੀਆਂ। ਬਹੁਤ ਵਧੀਆ ਇਲਾਕੇ 'ਚ ਭਾਗ ਲੱਗੇ ਨੇ। ਕੋਟਨ ਕੋਟ ਧੰਨਵਾਦ ਕਰਦੇ ਹਾਂ ਧੰਨ ਧੰਨ ਸਵਾਮੀ ਗੁਰਦੇਵ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅੱਜ ਦਾ 1 ਮਈ ਦਾ ਭਾਗਾਂ ਭਰਿਆ ਦਿਨ 2023 ਨੂੰ ਸਾਨੂੰ ਬਖਸ਼ਿਆ। ਬਹੁਤ ਬਹੁਤ ਧੰਨਵਾਦ। ਸਾਤ ਸਾਹਿਬ।